ਇਹ ਜ਼ਿੰਦਗੀ ਖੇਡ ਮੁਕਦਰਾਂ ਦੀ, ਇੱਥੇ ਹਿੰਮਤ ਜੁਟਾਉਣੀ ਪੈਂਦੀ ਹੈ, ਰਾਹ ਔਖਿਆਂ 'ਤੇ ਚੱਲ ਕੇ ਹੀ ਕਿਸਮਤ ਚਮਕਾਉਣੀ ਪੈਂਦੀ ਹੈ। ਇਹ 17 ਟੁਕਦੀਆਂ ਨੇ ਇਹਨਾਂ ਦੋ ਨਿਹੰਗ ਸਿੰਘਾਂ 'ਤੇ, ਜਿਨ੍ਹਾਂ ਨੇ ਅੱਜ ਕਿਰਤ ਕਰਨ ਦੇ ਲਈ, ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਸੜਕ ਕਿਨਾਰੇ ਉਹਨਾਂ ਦੇ ਵੱਲੋਂ ਇੱਕ ਰੇਹੜੀ ਦੀ ਸ਼ੁਰੂਆਤ ਕੀਤੀ ਗਈ। ਨਹੀਂ ਨਹੀਂ ਇਹ ਚੀਜ਼ ਦਾ ਨਹੀਂ ਆ ਵੀ ਕੋਈ ਕੀ ਸੋਚੇਗਾ, ਕੰਮ ਕੋਈ ਵੀ ਨਹੀਂ ਮਾੜਾ, ਕੰਮ ਸਾਰੇ ਵਧੀਆ ਨੇ। ਵੀ ਜਿੱਦਾਂ ਪਰਦੇਸੀ ਆਣ ਕੇ ਬਾਹਰੋਂ ਇੱਥੇ ਆਹ ਕੰਮ ਕਰ ਸਕਦੇ ਆ ਅਤੇ ਆਪਾਂ ਵੀ ਕਰ ਸਕਦੇ ਹਾਂ। ਬਹੁਤ ਟੇਸਟੀ ਰਹਾ, ਬਹੁਤ ਅੱਛਾ ਰਹਾ, ਔਰ ਇਨਕੀ ਕਹਾਣੀ ਜਾਣ ਕੇ ਮੁਝੇ ਐਸਾ ਲਗਾ ਇਨ ਲੋਗੋਂ ਨੇ ਬਹੁਤ ਸਟਰਗਲ ਕੀਆ ਹੈ ਔਰ ਅਬ ਸਬਕੋ ਆਨਾ ਚਾਹੀਏ ਔਰ ਟੇਸਟ ਕਰਨਾ ਚਾਹੀਏ। ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ, ਇੱਥੇ ਖੜਨ ਵਾਸਤੇ ਬੜੀਆਂ ਦਿੱਕਤਾਂ ਆਈਆਂ, ਪਰ ਫਿਰ ਵੀ ਚਲੋ ਮਹਾਰਾਜ ਨੇ ਕਿਰਪਾ ਕੀਤੀ ਆ, ਆਪਾਂ ਮਹਾਰਾਜ ਨੇ ਖਿਲਾਰਿਆ ਵਾ ਅਤੇ ਆਪਾਂ ਖੜੇ ਹਾਂ। ਇਹ ਜ਼ਿੰਦਗੀ ਖੇਡ ਮੁਕਦਰਾਂ ਦੀ, ਇੱਥੇ ਹਿੰਮਤ ਜੁਟਾਉਣੀ ਪੈਂਦੀ ਹੈ, ਰਾਹ ਔਖਿਆਂ 'ਤੇ ਚੱਲ ਕੇ ਹੀ ਕਿਸਮਤ ਚਮਕਾਉਣੀ ਪੈਂਦੀ ਹੈ। ਇਹ 17 ਟੁਕਦੀਆਂ ਨੇ ਇਹਨਾਂ ਦੋ ਨਿਹੰਗ ਸਿੰਘਾਂ 'ਤੇ, ਦੋ ਭਰਾਵਾਂ 'ਤੇ, ਜਿਨ੍ਹਾਂ ਨੇ ਔਖੇ ਰਾਹਾਂ ਦਾ ਸਾਹਮਣਾ ਕਰਦੇ ਹੋਏ ਵੀ ਹਾਲਾਤਾਂ ਅੱਗੇ ਨਹੀਂ ਝੁਕੇ, ਹਾਲਾਤਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਅੱਜ ਕਿਰਤ ਕਰਨ ਦੇ ਲਈ, ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਸੜਕ ਕਿਨਾਰੇ ਉਹਨਾਂ ਦੇ ਵੱਲੋਂ ਇੱਕ ਰੇਹੜੀ ਦੀ ਸ਼ੁਰੂਆਤ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਦੋ ਵੀਰ ਨੇ ਔਰ ਦੋਹਾਂ ਭਰਾਵਾਂ ਨੇ ਮਿਲ ਕੇ ਜਿੱਥੇ ਕਿ ਸੜਕ ਕਿਨਾਰੇ ਇੱਕ ਸਟਰੀਟ ਫੂਡ ਦੀ ਜੋ ਹੈ ਰੇਹੜੀ ਲਗਾ ਲਈ ਹੈ। ਇੱਕ ਦਾ ਨਾਮ ਅਰਸ਼ਦੀਪ ਸਿੰਘ ਹੈ ਅਤੇ ਇੱਕ ਦਾ ਨਾਮ ਜਸ਼ਨਦੀਪ ਸਿੰਘ ਹੈ। ਜਦ ਕਿਸੇ ਪਾਸੇ ਨੌਕਰੀ ਪੱਖੋਂ ਕਿਤੋਂ ਹੁੰਗਾਰਾ ਕਿਤੋਂ ਨਹੀਂ ਮਿਲਿਆ, ਤਾਂ ਜਦ ਪਰਿਵਾਰ ਦੀ ਆਰਥਿਕ ਸਥਿਤੀ ਵੀ ਡੋਲਣੀ ਸ਼ੁਰੂ ਹੋ ਗਈ, ਤਾਂ ਦੋਹਾਂ ਭਰਾਵਾਂ ਨੇ ਮਿਲ ਕੇ ਇਸ ਉਪਰਾਲੇ ਦੀ, ਇਸ ਇੱਕ ਨਵੇਂ ਰੁਜ਼ਗਾਰ ਦੀ ਖੁਦ ਦੀ ਸ਼ੁਰੂਆਤ ਕੀਤੀ ਔਰ ਅੱਜ ਦੋਵੇਂ ਡਟ ਕੇ ਮੋਢੇ ਨਾਲ ਮੋਢਾ ਲਗਾ ਕੇ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ 'ਤੇ ਅੱਜ ਲੋਕਾਂ ਤੱਕ ਇੱਕ ਜ਼ਾਇਕਾ ਪਹੁੰਚਾ ਰਹੇ ਨੇ, ਜਿਸ ਨੂੰ ਕਿ ਮੋਮੋਸ ਕਿਹਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਸਾਹਮਣੇ ਜੋ ਬਰਤਨ ਹੈ ਜਿਸ ਦੇ ਵਿੱਚ ਕਿ ਉਹ ਖਾਸ ਜ਼ਾਇਕਾ, ਜਿਸ ਨੂੰ ਕਿ ਅਕਸਰ ਅੰਮ੍ਰਿਤਸਰੀ ਲੋਕ ਬੜੇ ਚਾਵਾਂ ਨਾਲ ਖਾਂਦੇ ਨੇ, ਤਾਂ ਉਸ ਜ਼ਾਇਕੇ ਨੂੰ ਅੱਜ ਉਹ ਲੋਕਾਂ ਤੱਕ ਪਹੁੰਚਾ ਰਹੇ ਨੇ। ਸੋਚ ਕੀ ਹੈ ਕਿ ਹਾਲਾਤ ਅਜਿਹੇ ਪਏ ਕਿ ਅੱਜ ਉਹਨਾਂ ਨੂੰ ਇਸ ਰੇਹੜੀ ਦੀ ਜੋ ਹੈ ਸ਼ੁਰੂਆਤ ਕਰਨੀ ਪੈਂਦੀ ਹੈ। ਗੱਲਬਾਤ ਕਰ ਲੈਂਦੇ ਹਾਂ ਸਾਡੇ ਨਾਲ ਜਸ਼ਨਦੀਪ ਸਿੰਘ, ਜੋ ਖੁਦ ਇੱਥੇ ਵਿਕਰੇਤਾ ਨੇ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕਿ ਅਕਸਰ ਨੌਜਵਾਨ ਟੌਰ ਟੱਪੇ ਦੇ ਵਿੱਚ ਰਹਿੰਦੇ ਨੇ, ਜਾਂ ਕਹਿ ਸਕਦੇ ਕਿ ਆਪੋ ਆਪਣੇ ਸ਼ੌਂਕ ਨੂੰ ਅਪਣਾਉਂਦੇ ਵਿਖਾਈ ਦਿੰਦੇ ਨੇ, ਤੁਸੀਂ ਸੜਕ ਕਿਨਾਰੇ ਰੇਹੜੀ ਦੀ ਸ਼ੁਰੂਆਤ ਕੀਤੀ, ਕੀ ਜ਼ਹਿਨ 'ਚ ਅਜਿਹਾ ਹੈ ਔਰ ਕੀ ਪਰਿਵਾਰਕ ਹਾਲਾਤ ਸੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਿ ਜਿਵੇਂ ਕਿ ਦੇਖੋ ਸਾਰੇ ਆਪਣੀ ਆਪਣੀ ਜੋਬ ਕਰਦੇ ਹੈ ਨਾ, ਅਤੇ ਸਾਨੂੰ ਵੀ ਇੱਦਾਂ ਵੀ ਆਪਣਾ ਕੰਮ ਕਰਨਾ ਵਧੀਆ ਲੱਗਦਾ, ਅਤੇ ਉਹ ਤੋਂ ਜੋਬ ਤੋਂ ਹਟ ਕੇ ਆਪਾਂ ਇੱਥੇ ਪਹਿਲਾਂ 10 ਸਾਲ ਆਪਾਂ ਜੋਬ ਕਰਦੇ ਰਹੇ ਮੈਂ, ਅਤੇ ਹੁਣ ਆਪਾਂ ਸੋਚਿਆ ਵੀ ਆਪਣਾ ਹੀ ਕੰਮ ਕਰਨਾ, ਜਿਹਦੇ ਵਿੱਚ ਵੀ ਦੇਖੋ ਜੋਬ ਵਿੱਚ ਕੁਛ ਆਪਣਾ ਇੰਨਾ ਨਹੀਂ ਬਣਾ ਸਕਦੇ ਆਪਾਂ, ਜੋ ਆਪਣੇ ਖੁਆਬ ਹੈਗੇ ਆ ਉਹ ਆਪਾਂ ਪੂਰੇ ਨਹੀਂ ਕਰ ਸਕਦੇ, ਆਪਣੇ ਕੰਮ ਤੋਂ ਅਸੀਂ ਕਰ ਸਕਦੇ ਹਾਂ। ਠੀਕ ਹੈ, ਇੱਥੋਂ ਅੱਜ ਇੱਥੇ ਆਪਾਂ ਪਹੁੰਚੇ ਹਾਂ, ਰੇਹੜੀ ਤੋਂ ਕੱਲ੍ਹ ਨੂੰ ਆਪਾਂ ਵਧੀਆ ਹੋਰ ਦੁਕਾਨ ਵੀ ਖੋਲ੍ਹ ਸਕਦੇ ਆਪਣੀ, ਜਿੱਦਾਂ ਮਹਾਰਾਜ ਨੇ ਬਖਸ਼ਿਆ ਕੰਮ ਕੀਤਾ ਉੱਦਾਂ ਕਰਾਂਗੇ, ਕਿਰਤਕਾਰ ਕਰਕੇ ਆਪਣਾ ਘਰ ਬਾਰ ਚਲਾ ਸਕਦੇ ਹਾਂ। ਕਦੇ ਪਹਿਲਾਂ ਇਸ ਤੋਂ ਕੀ ਕੰਮ ਕਰਦੇ ਸੀ, ਜਾਂ ਕਦੇ ਕੋਈ ਰੁਝਾਨ ਨਹੀਂ ਬਣਾਇਆ ਕਿ ਕੁਝ ਹੋਰ ਕੰਮ ਕਰ ਲਈਏ? ਰੇਹੜੀ ਲਗਾਉਣਾ ਖੁਦ ਨੂੰ ਵੀ ਜ਼ਹਿਨ ਵਿੱਚ ਇਸ ਤਰ੍ਹਾਂ ਬੜਾ ਲੋਕਾਂ ਨੂੰ ਹੁੰਦਾ ਕਿ ਲੋਕ ਕੀ ਕਹਿਣਗੇ, ਆਂਢ ਗੁਆਂਢ ਕੀ ਕਹੇਗਾ ਕਿ ਨੌਜਵਾਨ ਰੇਹੜੀ ਲਗਾਉਂਦੇ ਨੇ, ਇਹ ਸੋਚ ਨਹੀਂ ਆਈਆਂ ਇਸ ਚੀਜ਼ਾਂ ਦਾ ਸਾਹਮਣਾ ਫਿਰ ਕਿੱਦਾਂ ਕੀਤਾ? ਨਹੀਂ ਨਹੀਂ ਇਹ ਚੀਜ਼ ਦਾ ਨਹੀਂ ਆ ਵੀ ਕੋਈ ਕੀ ਸੋਚੇਗਾ, ਕੰਮ ਕੋਈ ਵੀ ਨਹੀਂ ਮਾੜਾ, ਕੰਮ ਸਾਰੇ ਵਧੀਆ ਨੇ। ਵੀ ਜਿੱਦਾਂ ਪਰਦੇਸੀ ਆਣ ਕੇ ਬਾਹਰੋਂ ਇੱਥੇ ਆਹ ਕੰਮ ਕਰ ਸਕਦੇ ਆ ਅਤੇ ਆਪਾਂ ਵੀ ਕਰ ਸਕਦੇ ਹਾਂ, ਸਾਨੂੰ ਇਸ ਚੀਜ਼ ਨਾਲ ਕੋਈ ਮਾੜਾ ਚੰਗਾ ਨਹੀਂ ਲੱਗਦਾ ਵੀ ਕੋਈ ਕੀ ਸੋਚੇ ਕੀ ਨਹੀਂ, ਆਪਾਂ ਵਧੀਆ। ਕੀ ਕਰਦੇ ਸੀ? ਮੈਂ ਹਰਮਲ ਸਾਹਿਬ ਦੀ ਜੋਬ 'ਤੇ ਲੱਗਿਆ ਸੀਗਾ, ਅਤੇ ਮੈਂ 10 ਸਾਲ 8 ਸਾਲ ਕੀਤੀ ਹੋਈ ਹੈ ਇੰਨੇ ਕੁ ਦੇ ਤੱਕ ਕੀਤੀ, ਅਤੇ ਆਪਾਂ ਸੋਚਿਆ ਵੀ ਮੈਨੂੰ ਉਹ ਜੋਬ ਮਤਲਬ ਕਿ ਲਗਾ ਲਓ ਕਿਸੇ ਦਾ ਕੰਮ ਕਰਨਾ ਨਹੀਂ ਵਧੀਆ ਲੱਗਦਾ, ਮੈਂ ਆਪਣਾ ਕੰਮ ਕਰਨਾ ਵਧੀਆ ਸਮਝਦਾ, ਉਹਦੇ ਵਿੱਚ ਵਧੀਆ ਲੱਗਦਾ ਮੈਨੂੰ, ਪਰਫੈਕਟ ਹੈ ਇਹਦੇ ਵਿੱਚ ਮਤਲਬ ਕਿ। ਕੀ ਰਹਿੰਦਾ ਸਾਰਾ ਰੁਝਾਨ, ਕੀ ਰਹਿੰਦਾ ਘਰੋਂ, ਕਦੋਂ ਚੱਲਦੇ ਹੋ, ਜਾਂ ਇਹ ਸਭ ਦੀ ਜੋ ਸ਼ੁਰੂਆਤ ਹੈ ਕਦ ਹੋਈ, ਥੋੜ੍ਹਾ ਇਸ ਬਾਰੇ? ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ।
ਜੇ ਅਸੀਂ ਇਹ ਚੀਜ਼ਾਂ ਨਾ ਤੁਹਾਨੂੰ ਦੱਸਿਆ ਜਿੱਦਾਂ ਕਿ ਆਪਾਂ ਯੂਟਿਊਬ ਤੋਂ ਦੇਖ ਕੇ ਇਹ ਚੀਜ਼ ਨੂੰ ਜਿੱਦਾਂ ਵੀ ਆਪਾਂ ਤਿਆਰ ਕਰਨਾ ਸ਼ੁਰੂ ਕੀਤਾ ਹੌਲੀ ਹੌਲੀ, ਅੱਗੋਂ ਸੰਗਤਾਂ ਦਾ ਵੀ ਪਿਆਰ ਆਪਾਂ ਨੂੰ ਬਹੁਤ ਮਿਲਿਆ ਵਾ, ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਆਪਣਾ ਵਧੀਆ ਕਾਰੋਬਾਰ ਚੱਲਦਾ ਵਾ। ਬਾਕੀ ਆਪਾਂ ਤਾਂ ਇਹੋ ਹੀ ਮੋਟੀਵੇਟ ਕਰਾਂਗੇ ਸਾਰਿਆਂ ਨੂੰ ਕਿ ਆਪਣਾ ਜਿੱਦਾਂ ਵੱਡੀ ਨੌਕਰੀ ਦੇ ਨਾਲੋਂ ਆਪਾਂ ਛੋਟਾ ਆਪਣਾ ਕਾਰੋਬਾਰ ਖੋਲ੍ਹ ਲਈਏ, ਉਹ ਜ਼ਿਆਦਾ ਬੈਟਰ ਹੈ। ਸ਼ੁਰੂਆਤ ਕਿੱਦਾਂ ਹੁੰਦੀ ਹੈ, ਕਿਸ ਤਰ੍ਹਾਂ ਸਭ ਰੁਝਾਨ ਬਣਦਾ, ਸਵੇਰੇ ਉੱਠਦੇ ਹੋ ਕਦੋਂ, ਘਰੋਂ ਚੱਲਦੇ ਹੋ ਸਭ ਦੇ ਲਈ ਔਰ ਇੱਥੇ ਕਦੋਂ? ਆਪਾਂ ਜਿੱਦਾਂ ਸਵੇਰੇ ਉੱਠੀ ਦਾ ਕੋਈ 7-8 ਵੱਜ ਜਾਂਦੇ ਸਾਨੂੰ, 7-8 ਵਜੇ ਜਾ ਕੇ ਆਪਾਂ ਮੰਡੀਓ ਆਪਣਾ ਸਮਾਨ ਲਿਆ ਕੇ ਸਬਜ਼ੀਆਂ ਵਗੈਰਾ ਮੈਦਾ ਵਗੈਰਾ ਤਿਆਰ ਕਰਕੇ ਅਤੇ ਫਿਰ ਉਹਦੇ ਸਮਾਨ ਤਿਆਰ ਕਰਨਾ ਸ਼ੁਰੂ ਕਰ ਦਈਦਾ ਆਪਣਾ, ਫਿਰ ਚਟਨੀਆਂ ਵਗੈਰਾ ਬਣਾਈ ਦੀਆਂ, ਫਿਰ ਇੱਦਾਂ ਸ਼ਾਮੀ 6-6:30 ਵੱਜ ਜਾਂਦੇ ਸਾਨੂੰ ਇੱਦਾਂ ਤਿਆਰੀ ਕਰਦੇ ਹਾਂ ਅਤੇ ਤਿਆਰੀ ਕਰਕੇ 6:30-7 ਵਜੇ ਇੱਥੇ ਆ ਜਾਈਦਾ, ਫਿਰ ਰਾਤ 1:30-2 ਵੱਜ ਜਾਂਦੇ ਆ। ਫਿਰ ਇੱਥੋਂ ਜਾਂਦੇ ਹਾਂ ਇੱਥੋਂ ਮਹਾਰਾਜ ਦੇ ਦਰਸ਼ਨ ਕਰਕੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਕੇ ਅਤੇ ਆਪਣਾ ਨਿਤਨੇਮ ਕਰਕੇ ਫਿਰ ਘਰ ਜਾ ਕੇ ਅਤੇ ਸੌਂ ਜਾਈਦਾ ਜੀ। ਅਕਸਰ ਜਿਸ ਤਰ੍ਹਾਂ ਹੈਰੀਟੇਜ ਸਟਰੀਟ 'ਤੇ ਤੁਸੀਂ ਖੜ੍ਹੇ ਹੋ ਤਾਂ ਲੱਖਾਂ ਦੇ ਵਿੱਚ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਂਦੀ, ਟੂਰਿਸਟ ਜੋ ਨੇ ਹੋਰਾਂ ਸੂਬਿਆਂ ਤੋਂ ਆਉਂਦੇ, ਲੋਕਾਂ ਦਾ ਪਿਆਰ ਕਿਸ ਤਰ੍ਹਾਂ ਦਾ ਮਿਲਦਾ ਇੱਥੇ? ਹਾਂਜੀ, ਬਹੁਤ ਵਧੀਆ ਜੀ, ਸਾਨੂੰ ਤਾਂ ਲੋਕਾਂ ਦਾ ਪਿਆਰ ਤਾਂ ਬਹੁਤ ਵਧੀਆ ਵਾ, ਲੋਕ ਬਹੁਤ ਸਾਡਾ ਸਹਿਯੋਗ ਦਿੰਦੇ, ਸੰਗਤਾਂ ਜਿਹੜੀਆਂ ਮਹਾਰਾਜ ਦੇ ਦਰ ਆਉਂਦੀਆਂ ਉਹ ਸਾਡਾ ਬਹੁਤ ਸਹਿਯੋਗ ਦਿੰਦੀਆਂ, ਪਰ ਸਾਨੂੰ ਨਾ ਥੋੜ੍ਹਾ ਜਿਹਾ ਜਿੱਦਾਂ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ, ਇੱਥੇ ਖੜ੍ਹਨ ਵਾਸਤੇ ਬੜੀਆਂ ਦਿੱਕਤਾਂ ਆਈਆਂ, ਪਰ ਫਿਰ ਵੀ ਚਲੋ ਮਹਾਰਾਜ ਨੇ ਕਿਰਪਾ ਕੀਤੀ ਆ, ਆਪਾਂ ਮਹਾਰਾਜ ਨੇ ਖਿਲਾਰਿਆ ਵਾ ਅਤੇ ਆਪਾਂ ਖੜ੍ਹੇ ਹਾਂ। ਹੁਣ ਅਗਾਂਹ ਟੀਚਾ ਕੀ ਹੈ ਕਿ ਮਤਲਬ ਜਿਸ ਤਰ੍ਹਾਂ ਅੱਜ ਰੇਹੜੀ ਦੀ ਦੋਵਾਂ ਭਰਾਵਾਂ ਨੇ ਮਿਲ ਕੇ ਸ਼ੁਰੂਆਤ ਕੀਤੀ ਹੈ ਤਾਂ ਅਗਾਂਹ ਭਵਿੱਖ 'ਚ ਖੁਦ ਨੂੰ ਕਿੱਥੇ ਦੇਖਦੇ? ਇਹ ਤਾਂ ਚਲੋ ਜੀ, ਮਹਾਰਾਜ ਜਿੱਥੇ ਰੱਖਣਗੇ ਉੱਥੇ ਤੁਹਾਨੂੰ ਪਤਾ ਰਹਿਣਾ ਹੀ ਪੈਣਾ, ਜਿੱਥੇ ਉਹਨਾਂ ਨੇ ਕਿਰਪਾ ਕੀਤੀ ਉੱਥੇ ਹੀ ਰਹਿਣਾ ਪੈਣਾ, ਜੋ ਵੀ ਆ ਜੋ ਇੱਥੋਂ ਤੱਕ ਲਿਆਉਂਦਾ ਉਹਨਾਂ ਨੇ, ਇੱਥੋਂ ਗਾਂਹ ਵੀ ਉਹਨਾਂ ਨੇ ਖੜਨਾ, ਸਭ ਕੁਛ ਉਹਨਾਂ ਦੇ ਹੱਥ ਵਸਿਆ। ਆਪਾਂ ਤਾਂ ਇਹੋ ਹੀ ਆ ਕਿ ਬਾਣੀ ਬਾਣੇ ਦੇ ਨਾਲ ਆਪਾਂ ਜੁੜੇ ਹਾਂ ਅਤੇ ਆਪਾਂ ਤਾਂ ਸਾਰੀ ਸੰਗਤ ਨੂੰ ਇਹੀ ਅਪੀਲ ਕਰਾਂਗੇ ਕਿ ਬਾਣੀ ਬਾਣੇ ਨਾਲ ਵੱਧ ਤੋਂ ਵੱਧ ਜੁੜੋ ਅਤੇ ਕਾਰੋਬਾਰ 'ਤੇ ਆਪਣਾ ਧਿਆਨ ਦਿਓ। ਦੂਜੇ ਪਾਸੇ ਜਿੱਦਾਂ ਆਪਾਂ ਕੋਈ ਗਲਤ ਸੋਚ ਆ ਜਾਂਦੀ ਸਾਡੇ ਮਨ ਦੇ ਵਿੱਚ ਕਿ ਕਾਰੋਬਾਰ ਨਹੀਂ ਹੈਗਾ ਅਤੇ ਆਪਾਂ ਗਲਤ ਪਾਸੇ ਤੁਰ ਪਈਦਾ, ਉਸ ਪਾਸੇ ਨਹੀਂ ਤੁਰਨਾ ਚਾਹੀਦਾ, ਆਪਾਂ ਨੂੰ ਕੋਈ ਨਾ ਕੋਈ ਛੋਟਾ ਮੋਟਾ ਕਾਰੋਬਾਰ ਆਪਣਾ ਕਰਨਾ ਚਾਹੀਦਾ ਜੀ। ਪ੍ਰਾਈਜ਼ ਜੀ 60 ਰੁਪਏ ਪਲੇਟ ਰੱਖਿਆ ਜੀ ਆਪਾਂ। ਹਾਂਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਇਹ ਜੋ ਭਰਾ ਨੇ ਮਿਲ ਕੇ ਦੋਵੇਂ ਨਿਹੰਗ ਸਿੰਘ ਇੱਥੇ ਸ਼ਾਮ ਦੇ ਤਕਰੀਬਨ 6 ਵਜੇ ਦੇ ਕੋਲ ਇੱਥੇ ਆ ਜਾਂਦੇ ਨੇ ਔਰ ਸਾਹਮਣੇ ਤੁਸੀਂ ਹੈਰੀਟੇਜ ਸਟਰੀਟ 'ਤੇ ਦੇਖ ਸਕਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਉਹ ਬੁੱਤ ਹੈ, ਉਸ ਤੋਂ ਕੁਝ ਕੁ ਕਦਮ ਦੀ ਦੂਰੀ 'ਤੇ ਹੀ ਇਹ ਦੋਵੇਂ ਜੋ ਨਿਹੰਗ ਸਿੰਘ ਨੇ ਇੱਥੇ ਆਉਂਦੇ ਨੇ, ਸ਼ਾਮੀ ਲੋਕਾਂ ਦੇ ਸੇਵਾ ਦੇ ਵਿੱਚ ਇੱਥੇ ਹਾਜ਼ਰ ਰਹਿੰਦੇ ਨੇ। ਕਿਰਤ ਕਰਨ ਦਾ ਜੋ ਇੱਕ ਉਪਦੇਸ਼ ਹੈ ਉਹ ਗੁਰੂ ਸਾਹਿਬ ਦੇ ਵੱਲੋਂ ਵੀ ਸਿੱਖਾਂ ਨੂੰ ਦਿੱਤਾ ਗਿਆ ਸੀ ਅਤੇ ਉਸੇ ਰਾਹਾਂ 'ਤੇ ਚੱਲਦੇ ਹੋਏ ਅੱਜ ਇਹ ਦੋਵੇਂ ਨਿਹੰਗ ਸਿੰਘ ਮਿਹਨਤ ਕਰਦੇ ਹੋਏ ਵਿਖਾਈ ਦਿੰਦੇ ਨੇ। ਬਹੁਤ ਅੱਛਾ ਕੰਮ ਕੀਆ ਇਹਨਾਂ ਨੇ, ਹਰ ਕੋਈ ਆਪਣੀ ਫੈਮਿਲੀ ਕੋ ਸਪੋਰਟ ਨਹੀਂ ਕਰਤਾ, ਲੋਕ ਪੀਛੇ ਹਟ ਜਾਤੇ, ਲੇਕਿਨ ਇਹਨਾਂ ਨੇ ਦੋਨੋਂ ਨੇ ਮਿਲ ਕੇ ਆਪਣੀ ਫੈਮਿਲੀ ਕੋ ਸਪੋਰਟ ਕਰਨੇ ਕਾ ਠਾਣਾ ਔਰ ਸਿਰਫ ਇੱਕ ਛੋਟੀ ਜਿਹੀ ਸਟਾਲ ਮੋਮੋਜ਼ ਲਗਾ ਕੇ ਲੋਕਾਂ ਕੋ ਖਿਲਾਣਾ ਵੀ ਬਹੁਤ ਬੜੀ ਬਾਤ ਹੋਤੀ ਹੈ, ਉਹ ਪਿਆਰ ਆਪਣਾ ਔਰ ਆਪਣੀ ਮਿਹਨਤ ਦਿਖਾ ਕੇ ਅਰਨ ਕਰਕੇ ਆਪਣੀ ਫੈਮਿਲੀ ਕਾ ਸਪੋਰਟ ਕਰ ਰਹੇ ਹੈ, ਇਹ ਲੋਕ ਬਹੁਤ ਅੱਛੀ ਬਾਤ ਹੈ, ਸਭੀ ਕੋ ਆ ਕੇ ਟਰਾਈ ਕਰਨਾ ਚਾਹੀਦਾ। ਸੋਚ ਇੱਕੋ ਹੀ ਹੈ ਕਿ ਅਸੀਂ ਹਿੰਮਤ ਨਹੀਂ ਹਾਰਨੀ ਔਰ ਉਸੇ ਸਦਕਾ ਅੱਜ ਉਹ ਇੱਥੇ ਮਿਹਨਤ ਕਰਦੇ ਹੋਏ ਵਿਖਾਈ ਦਿੰਦੇ ਨੇ ਔਰ ਉਹਨਾਂ ਕਿਹਾ ਕਿ ਚਾਹੇ ਹਾਲਾਤ ਮੁਸ਼ਕਲ ਨੇ, ਚਾਹੇ ਪਰਿਵਾਰਕ ਸਥਿਤੀ ਡਾਵਾਂਡੋਲ ਹੈ, ਆਰਥਿਕ ਹਾਲਾਤ ਮੰਦੀ ਦੇ ਨੇ, ਪਰ ਅਸੀਂ ਹੌਸਲਾ ਨਹੀਂ ਛੱਡਾਂਗੇ। ਅੱਜ ਇੱਕ ਰੇਹੜੀ ਤੋਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੇਬਲ ਹੈ ਜਿਸ ਦੇ ਉੱਤੇ ਇੱਕ ਇਹ ਚੁੱਲ੍ਹਾ ਰੱਖਿਆ ਗਿਆ ਔਰ ਉਸ 'ਤੇ ਹੀ ਉਹ ਅੱਜ ਕਿਰਤ ਕਰ ਰਹੇ ਨੇ ਔਰ ਟੀਚਾ ਹੈ ਕਿ ਆਗਾਮੀ ਭਵਿੱਖ ਦੇ ਵਿੱਚ ਅਸੀਂ ਕਿਸੇ ਵਧੀਆ ਮੁਕਾਮ 'ਤੇ ਆਪਣੀ ਸੋਚ ਨੂੰ ਲੈ ਕੇ ਜਾਵਾਂਗੇ ਔਰ ਜ਼ਿੰਦਗੀ ਦੇ ਵਿੱਚ ਕਦੀ ਹਿੰਮਤ ਨਹੀਂ ਹਾਰਾਂਗੇ। ਤਾਂ ਸਾਡਾ ਵੀ ਲੋਕਾਂ ਨੂੰ ਇੱਕ ਸੁਨੇਹਾ ਤਾਂ ਇਹੀ ਹੈ ਕਿ ਹਾਲਾਤ ਚਾਹੇ ਜਿੰਨੇ ਮਰਜ਼ੀ ਔਖੇ ਹੋ ਜਾਣ, ਹਿੰਮਤ ਨਹੀਂ ਛੱਡਣੀ ਚਾਹੀਦੀ, ਹੌਸਲਾ ਬੁਲੰਦ ਹੋਣਾ ਚਾਹੀਦਾ, ਤਾਂ ਹੀ ਅਸੀਂ ਹਰ ਔਖੇ ਤੋਂ ਔਖੇ ਰਾਹ ਨੂੰ ਫਤਿਹ ਕਰ ਸਕਾਂਗੇ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18, ਪੰਜਾਬ।